ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ। ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਅਸਾਈਲਮ ਨੂੰ ਲੈ ਕੇ ਗੱਲਬਾਤ ਕਰਨੀ ਹੈ। ਭਾਵੇਂ ਤੁਸੀਂ ਸਟੱਡੀ ਵੀਜ਼ਾ ਅਪਲਾਈ ਕੀਤਾ ਹੈ, ਵਰਕ ਪਰਮਿਟ ਅਪਲਾਈ ਕੀਤਾ ਹੈ, ਕਰਨਾ ਹੈ ਜਾਂ ਕਰਨ ਬਾਰੇ ਸੋਚ ਰਹੇ ਹੋ, ਜਾਂ ਵਿਜ਼ਟਰ ਜਾਂ ਟੂਰਿਸਟ ਮਾਮਲੇ ਦੇ ਵਿੱਚ ਤੁਸੀਂ ਕੈਨੇਡਾ ਜਾਣਾ ਹੈ, ਇਹਨਾਂ ਸਾਰਿਆਂ ਵਾਸਤੇ ਹੀ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ। ਅਤੇ ਖਾਸ ਕਰਕੇ ਜਿਹੜੇ ਸਟੂਡੈਂਟ ਇਹ ਸੋਚ ਰਹੇ ਨੇ ਕਿ ਪੜ੍ਹਨਾ ਨਾ ਪਵੇ, ਅਸੀਂ ਅਸਾਈਲਮ ਅਪਲਾਈ ਕਰ ਲਈਏ, ਜਾਂ ਫਿਰ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਦੀ ਵਜ੍ਹਾ ਨਾਲ ਜਾਂ ਹੋਰ ਕਿਸੇ ਹੋਰ ਸਰਕਮਸਟਾਂਸਸ ਦਾ ਕਰਕੇ ਉਹਨਾਂ ਨੂੰ ਅਸਾਈਲਮ ਅਪਲਾਈ ਕਰਨਾ ਪੈ ਰਿਹਾ ਹੈ, ਉਹਨਾਂ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਹੈ ਦੇਖਣਾ। ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਫੈਕਟ ਬੇਸ ਸਟੈਟਿਕਸ ਕੈਨੇਡਾ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਹੈ, ਜਿਸ ਦੇ ਵਿੱਚ ਚਾਰ ਪ੍ਰੋਵਿੰਸਸ ਬਾਰੇ ਜ਼ਿਕਰ ਕਰਾਂਗੇ। ਕਿਊਬਿਕ ਬਾਰੇ ਗੱਲ ਕਰਾਂਗੇ, ਓਨਟਾਰੀਓ ਬਾਰੇ ਗੱਲ ਕਰਾਂਗੇ, ਐਲਬਰਟਾ ਤੇ ਬੀਸੀ ਬਾਰੇ ਗੱਲਬਾਤ ਜਿਹੜੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਅਸਾਈਲਮ ਕੇਸਿਸ ਨੂੰ ਲੈ ਕੇ ਕਰਾਂਗੇ, ਅੰਕੜੇ ਕੀ ਕੁਛ ਕਹਿੰਦੇ ਨੇ ਉਸ ਬਾਰੇ ਡਿਸਕਸ਼ਨ ਕਰਾਂਗੇ। ਬਹੁਤ ਹੀ ਹੈਰਾਨੀਜਨਕ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਰਿਪੋਰਟ ਜਿਹੜੀ ਹੈ ਉਹ ਪਬਲਿਸ਼ ਕੀਤੀ ਗਈ ਹੈ। ਉਸ ਤੋਂ ਇਲਾਵਾ ਮਾਰਕ ਮਿਲਰ ਜਿਹੜੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹ ਫੇਰੀ ਤੇ ਨੇ ਅੱਜ ਕੱਲ੍ਹ ਪ੍ਰੋਵਿੰਸਸ ਵਾਈਜ਼, ਉਹ ਕਹਿ ਸਕਦੇ ਡਿਸਕਸ਼ਨ ਕਰ ਰਹੇ ਨੇ, ਹਰ ਪ੍ਰੋਵਿੰਸ ਦੇ ਵਿੱਚ ਜਾ ਰਹੇ ਨੇ ਤੇ ਕਿਊਬਿਕ ਦੇ ਵਿੱਚ ਵੀ ਗਏ ਨੇ ਤੇ ਉਹਨਾਂ ਨੇ ਉੱਥੋਂ ਦੇ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਲੈ ਕੇ ਡਿਸਕਸ਼ਨ ਕੀਤਾ ਤੇ ਉਸ ਸੰਬੰਧੀ ਉਹਨਾਂ ਦੇ ਵੱਲੋਂ ਜੋ ਬਿਆਨਬਾਜ਼ੀ ਕੀਤੀ ਗਈ ਹੈ ਉਸ ਐਂਗਲ ਤੋਂ ਵੀ ਅੱਜ ਦੇ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਖਾਸ ਕਰਕੇ ਅਸਾਈਲਮ ਨੂੰ ਲੈ ਕੇ ਤੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਨੂੰ ਲੈ ਕੇ ਜੋ ਵੀ ਉਹ ਕੁਝ ਬੋਲੇ ਨੇ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਨਾ ਹੈ। ਉਸ ਤੋਂ ਇਲਾਵਾ ਜਿਹੜੇ ਅੱਜ ਕੱਲ੍ਹ ਏਅਰਪੋਰਟ ਦੇ ਉੱਤੇ ਜ਼ਬਰਦਸਤੀ ਅਸਾਈਲਮ ਵਾਲੇ ਕੇਸਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਜਾਂ ਅਸਾਈਲਮ ਨੂੰ ਲੈ ਕੇ ਜੋ ਡਿਸਕਸ਼ਨ ਕੀਤਾ ਜਾ ਰਿਹਾ ਉਸ ਬਾਰੇ ਗੱਲਬਾਤ ਜਿਹੜੀ ਹੈ ਉਹ ਵੀ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ, ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਤੱਕ ਸਹੀ ਅਥੈਂਟਿਕ ਤੇ ਰਿਐਲਿਟੀ ਪਹੁੰਚਾਉਣਾ ਹੁੰਦਾ ਹੈ, ਕਿਸੇ ਵੀ ਤਰ੍ਹਾਂ ਦਾ ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਹੁੰਦਾ। ਕੇ ਤੁਹਾਡਾ ਐਸਓਪੀ ਛਪ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰ ਲੈਂਦੇ ਹਾਂ, ਇੱਕ ਇੱਕ ਟੌਪਿਕ ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜੋ ਰਿਪੋਰਟ ਸਾਂਝੀ ਕੀਤੀ ਗਈ ਹੈ ਉਸ ਬਾਰੇ ਡਿਸਕਸ਼ਨ ਕਰਨਾ ਹੈ, ਤੇ ਉਸ ਤੋਂ ਵੀ ਪਹਿਲਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਆ ਗ੍ਰਾਫ ਦੇਖ ਲਓ। ਗ੍ਰਾਫ ਦੇ ਵਿੱਚ ਪੰਜ ਤਰੀਕੇ ਦੀਆਂ ਲਾਈਨਸ ਬਣੀਆਂ ਹੋਈਆਂ ਨੇ, ਜਿਸ ਦੇ ਵਿੱਚ ਇੱਕ ਬਲੂ ਕਲਰ ਦੀ ਲਾਈਨ ਬਣੀ ਹੋਈ ਹੈ, ਇੱਕ ਬਲੈਕ ਕਲਰ ਦੀ ਲਾਈਨ ਹੈ, ਦੀ ਲਾਈਨ ਜਿਹੜੀ ਗ੍ਰੇ ਕਲਰ ਦੀ ਹੈ, ਉਸ ਤੋਂ ਇਲਾਵਾ ਇੱਕ ਰੈੱਡ ਕਲਰ ਦੀ ਲਾਈਨ ਹੈ ਤੇ ਇੱਕ ਗ੍ਰੀਨ ਕਲਰ ਦੀ ਲਾਈਨ ਹੈ। ਜਿਹੜੀ ਬਲੂ ਕਲਰ ਦੀ ਲਾਈਨ ਹੈ ਉਹ ਦਰਅਸਲ 14 ਸਾਲ ਤੋਂ ਥੱਲੇ ਜਿੰਨੇ ਜਿਹੜੇ ਬੱਚਿਆਂ ਨੇ ਅਸਾਈਲਮ ਅਪਲਾਈ ਕੀਤਾ ਉਹਨਾਂ ਦੀ ਹੈ, ਮਾਈਨਰ ਕੇਸਿਸ ਦੀ ਹੈ। ਬਲੈਕ ਵਾਲੀ ਜਿਹੜੀ ਉਹ 15 ਤੋਂ 29 ਸਾਲ ਦੇ ਵਿਚਕਾਰ ਜਿਹੜੇ ਕੇਸਿਸ ਅਪਲਾਈ ਹੋਏ ਨੇ ਉਹਨਾਂ ਦੀ ਹੈ, 30 ਤੋਂ 34 ਸਾਲ ਵਾਲੇ ਜਿਹੜੇ ਨੇ ਉਹ ਗ੍ਰੇ ਲਾਈਨ ਨੂੰ ਪ੍ਰੈਜੈਂਟ ਕਰਦੇ ਨੇ ਤੇ 45 ਤੋਂ 59 ਸਾਲ ਵਾਲੇ ਜਿਹੜੇ ਨੇ ਰੈੱਡ ਲਾਈਨ ਨੂੰ, ਤੇ ਉਸ ਤੋਂ ਇਲਾਵਾ 60 ਤੋਂ 74 ਸਾਲ ਵਾਲਿਆਂ ਦੀ ਗ੍ਰੀਨ ਲਾਈਨ ਹੈ ਤੇ 75 ਸਾਲ ਤੋਂ ਉੱਪਰ ਵਾਲਿਆਂ ਦੀ ਜਿਹੜੀ ਹੈ ਉਹ ਯੈਲੋ ਲਾਈਨ ਹੈ। ਇਹਦੇ ਵਿੱਚ ਇੱਕ ਯੈਲੋ ਲਾਈਨ ਵੀ ਹੈ, ਬਹੁਤ ਮਾਈਨਰ ਜੀ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ। ਕੁੱਲ ਮਿਲਾ ਕੇ 6 ਆ, 6 ਲਾਈਨਸ ਨੇ। ਹੁਣ ਆਪਾਂ ਗੱਲ ਕਰਾਂਗੇ ਪ੍ਰੋਵਿੰਸ ਵਾਈਜ਼, ਡੇਟਾ ਤੁਹਾਡੇ ਨਾਲ ਹੁਣ ਸ਼ੇਅਰ ਕਰਦਾ ਕਿ ਕਿਸ ਪ੍ਰੋਵਿੰਸ ਦੇ ਵਿੱਚ ਕਿੰਨੇ ਅਸਾਈਲਮ ਅਪਲਾਈ ਹੋਏ। 2022 ਦੀ ਸਟੈਟਿਸਟਿਕਸ ਰਿਪੋਰਟ ਹੈ ਕੈਨੇਡਾ ਦੇ ਵੱਲੋਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿਊਬਿਕ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਕਿਊਬਿਕ ਦਾ ਨੰਬਰ ਸਭ ਤੋਂ ਜ਼ਿਆਦਾ ਹਾਈ ਹੈ। ਕਿਊਬਿਕ ਦੇ ਵਿੱਚ ਮਾਈਨਰ ਕੇਸਿਸ ਜਿਹੜੇ 14 ਸਾਲ ਤੋਂ ਥੱਲੇ ਉਹ 12,465 ਕੇਸਿਸ ਅਸਾਈਲਮ ਲਿਆ ਇਹਨੇ ਜਾਣਿਆ ਨੇ। 15 ਤੋਂ 29 ਸਾਲ ਵਾਲੇ 18,650, 30 ਤੋਂ 44 ਸਾਲ ਵਾਲੇ 21,525, 45 ਤੋਂ 59 ਸਾਲ ਵਾਲੇ 5,340, 60 ਤੋਂ 74 ਸਾਲ ਵਾਲੇ 810, 75 ਸਾਲ ਤੋਂ ਜ਼ਿਆਦਾ ਵਾਲੇ 130 ਵਿਅਕਤੀ ਨੇ ਜਿਨ੍ਹਾਂ ਨੇ ਅਸਾਈਲਮ ਲਿਆ ਹੈ ਕਿਊਬਿਕ ਦੇ ਵਿੱਚ।
ਉਸ ਤੋਂ ਬਾਅਦ ਓਨਟਾਰੀਓ ਸੈਕਿੰਡ ਪੋਜੀਸ਼ਨ ਤੇ ਕਰਦੇ ਆ। ਓਨਟਾਰੀਓ ਦੇ ਵਿੱਚ ਮਾਈਨਰ ਕੇਸਿਸ ਯਾਨੀ ਕਿ 14 ਸਾਲ ਤੋਂ ਨੀਚੇ ਵਾਲੇ 4,565 ਨੇ, 15 ਤੋਂ 29 ਸਾਲ ਦੇ ਵਿਚਕਾਰ ਵਾਲੇ 8,725 ਨੇ, 30 ਸਾਲ ਤੋਂ 44 ਸਾਲ ਵਾਲੇ ਜਿਹੜੇ ਆ ਉਹ 8,550 ਨੇ, 45 ਤੋਂ 59 ਸਾਲ ਵਾਲੇ ਜਿਹੜੇ ਉਹ 3,440 ਨੇ, 60 ਤੋਂ 74 ਸਾਲ ਵਾਲੇ 1,020 ਨੇ, 75 ਸਾਲ ਤੋਂ ਉੱਪਰ ਵਾਲੇ 260 ਨੇ। ਉਸ ਤੋਂ ਬਾਅਦ BC ਦੀ ਗੱਲ ਕਰ ਲੈਂਦੇ ਹਾਂ, ਬ੍ਰਿਟਿਸ਼ ਕੋਲੰਬੀਆ ਦੀ, ਮਾਈਨਰ ਕੇਸਿਸ ਜਿਹੜੇ 620 ਨੇ, 15 ਸਾਲ ਤੋਂ 29 ਸਾਲ ਵਾਲੇ ਜਿਹੜੇ ਨੇ 1,185, 30 ਤੋਂ 44 ਸਾਲ ਵਾਲੇ 1,375, 45 ਤੋਂ 59 ਸਾਲ 550, 60 ਤੋਂ 74 ਸਾਲ 140, 75 ਸਾਲ ਤੋਂ ਜ਼ਿਆਦਾ ਵਾਲੇ 35 ਕੇਸਿਸ ਨੇ ਅਸਾਈਲਮ ਲਿਆ। ਐਲਬਰਟਾ ਦੇ ਵਿੱਚ ਮਾਈਨਰ ਜਿਹੜੇ ਨੇ 14 ਸਾਲ ਤੋਂ ਥੱਲੇ ਵਾਲੇ 410 ਨੇ, 15 ਤੋਂ 29 ਸਾਲ 530, 30 ਤੋਂ 44 ਸਾਲ 620, 45 ਤੋਂ 59 ਸਾਲ 270, 60 ਤੋਂ 74 ਸਾਲ 135, 75 ਸਾਲ ਤੋਂ ਜ਼ਿਆਦਾ ਵਾਲੇ 30 ਕੇਸਿਸ ਨੇ। ਇਹ ਸੀਗੇ ਐਲਬਰਟਾ ਦਾ, BC ਦਾ, ਓਨਟਾਰੀਓ ਦਾ ਅਤੇ ਕਿਊਬਿਕ ਦਾ। ਇਹ ਡੇਟਾ ਤੁਹਾਡੇ ਨਾਲ ਜਿਹੜਾ ਮੈਂ ਸ਼ੇਅਰ ਕੀਤਾ। ਹੁਣ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਨੰਬਰ ਆਫ ਐਪਲੀਕੈਂਟਸ ਜਿਹੜੇ ਨੇ ਉਹ ਹੁਣ ਅਸਾਈਲਮ ਵਾਲੇ ਪਾਸੇ ਜਾ ਰਹੇ ਨੇ, ਅਤੇ ਜਿਹੜੇ ਜਾ ਰਹੇ ਨੇ ਉਹ ਤਾਂ ਜਾ ਹੀ ਰਹੇ ਨੇ, ਜਿਹੜੇ ਇੱਥੋਂ ਜਾ ਰਹੇ ਨੇ ਉਹਨਾਂ ਨੂੰ ਜ਼ਬਰਦਸਤੀ ਅਸਾਈਲਮ ਦਿੱਤਾ ਜਾ ਰਿਹਾ, ਇਹ ਵੀ ਗੱਲ ਕਰਾਂਗੇ ਆਪਾਂ। ਇਹ ਗੱਲ ਵੀ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਨੇ ਮਾਰਕ ਮਿਲਰ ਦੀ, ਉਸ ਫੇਰੀ ਦੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਨੇ ਤਾਂ ਤੁਹਾਨੂੰ ਸੌਖੇ ਤਰੀਕੇ ਨਾਲ ਸਮਝ ਆ ਜਾਊਗਾ। ਦਰਅਸਲ ਮਾਰਕ ਮਿਲਰ ਜਿਹੜੇ ਨੇ ਉਹ ਗਏ ਪ੍ਰੋਵਿੰਸ ਕਿਊਬਿਕ ਦੇ ਵਿੱਚ, ਉੱਥੇ ਉਹਨਾਂ ਨੇ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਲੈ ਕੇ ਡਿਸਕਸ਼ਨ ਕੀਤਾ ਕਿ ਕੈਨੇਡਾ ਦਾ ਜਿਹੜਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਇਹਨੂੰ ਕਿੱਦਾਂ ਘੱਟ ਕੀਤਾ ਜਾਵੇ। ਉਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਵੀ ਅਸਾਈਲਮ ਕੇਸਿਸ ਰਿਫਿਊਜ਼ ਹੋਏ ਨੇ ਉਹਨਾਂ ਨੂੰ ਕਿੰਨੀ ਜਲਦੀ ਤੋਂ ਜਲਦੀ ਇੱਥੋਂ ਡਿਪੋਰਟ ਕਰਨਾ ਹੈ ਆਪਣੀ ਕੰਟਰੀ ਤੋਂ ਯਾਨੀ ਕੈਨੇਡਾ ਤੋਂ, ਉਸ ਤੋਂ ਲੈ ਕੇ ਡਿਸਕਸ਼ਨ ਹੋਇਆ। ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਇਹਨਾਂ ਨੂੰ ਡਿਪੋਰਟ ਕਰਨਾ ਹੈ ਜਿਹੜੇ ਵੀ ਰਿਫਿਊਜ਼ ਹੋਏ ਨੇ। ਹੁਣ ਰਿਫਿਊਜ਼ਲ ਦੀ ਜਿਹੜੀ ਗਰਾਊਂਡ ਉਹ ਕਿੱਦਾਂ ਦੀ ਹੁੰਦੀ ਉਹ ਤੁਹਾਨੂੰ ਥੋੜ੍ਹਾ ਜਿਹਾ ਐਗਜ਼ਾਮਪਲ ਦੇ ਤੌਰ 'ਤੇ ਮੈਂ ਸਮਝਾ ਦਿੰਦਾ। ਜੇ ਮੰਨ ਲਿਆ ਕੋਈ ਸਟੂਡੈਂਟ ਹੈ ਕੈਨੇਡਾ ਸਟੱਡੀ ਵਾਸਤੇ ਗਿਆ, ਵਿੱਚ ਉਹਨਾਂ ਦੇ ਘਰ ਕੋਈ ਐਮਰਜੈਂਸੀ ਪੈ ਗਈ ਅਤੇ ਉਹ ਇੰਡੀਆ ਵਾਪਸ ਆਇਆ, ਉਸ ਤੋਂ ਬਾਅਦ ਜਾ ਕੇ ਉਹਨੇ ਫਿਰ ਸਟੱਡੀ ਕੰਟੀਨਿਊ ਕਰ ਲਈ ਅਤੇ ਉਹ ਸਟੱਡੀ ਨਹੀਂ ਕਰ ਪਾ ਰਿਹਾ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਹੈ ਜਾਂ ਉਹ ਤੋਂ ਪੜ੍ਹਾਈ ਹੋ ਨਹੀਂ ਰਹੀ, ਉਹ ਪ੍ਰੋਬਲਮ ਕੀ ਆ ਰਹੀ ਫਿਰ ਉਹਨੂੰ ਜਦੋਂ ਆਪਣਾ ਕੋਰਸ ਪੂਰਾ ਨਹੀਂ ਕਰ ਪਾ ਰਿਹਾ ਤਾਂ ਉਸ ਕੰਡੀਸ਼ਨ ਦੇ ਵਿੱਚ ਉਹ ਚਾਹੁੰਦਾ ਕਿ ਮੈਂ ਰਿਫਿਊਜ਼ੀ ਅਪਲਾਈ ਕਰਦਾ। ਫਿਰ ਉਹ ਰਿਫਿਊਜ਼ੀ ਅਪਲਾਈ ਕਰਦਾ ਹੈ ਤਾਂ ਉਹ ਕਹਿੰਦਾ ਕਿ ਸਾਨੂੰ ਆਪਣੇ ਦੇਸ਼ ਤੋਂ ਖਤਰਾ ਹੈ, ਅਤੇ ਉਸੇ ਦੇਸ਼ ਦੇ ਵਿੱਚ ਉਹ ਇੱਕ ਐਮਰਜੈਂਸੀ ਮੀਟ ਵਾਸਤੇ ਆਇਆ ਸੀਗਾ। ਫਿਰ ਉਸ ਕੰਡੀਸ਼ਨ ਦੇ ਵਿੱਚ ਉਹਦੀਆਂ ਜਿਹੜੀਆਂ ਉਹ ਫੇਰੀਜ਼ ਨੇ ਉਹ ਉਹਦੇ ਲਈ ਮੁਸੀਬਤ ਬਣ ਸਕਦੀਆਂ ਨੇ, ਉਹਨਾਂ ਦਾ ਰਿਫਿਊਜ਼ੀ ਕੇਸ ਜਿਹੜਾ ਉਹ ਰਿਫਿਊਜ਼ ਹੋ ਸਕਦਾ ਹੈ, ਯਾਨੀ ਉਹਨਾਂ ਨੂੰ ਰਿਫਿਊਜ਼ੀ ਐਕਸੈਪਟ ਨਹੀਂ ਹੋਊਗੀ, ਅਸਾਈਲਮ ਐਕਸੈਪਟ ਨਹੀਂ ਹੋਊਗਾ। ਹੁਣ ਇਹੋ ਜਿਹਾ ਨੂੰ ਫਿਰ ਡਿਪੋਰਟ ਕਰਨ ਦਾ ਜਿਹੜਾ ਪਲਾਨ ਹੈ ਉਹ ਹੁਣ ਕੈਨੇਡਾ ਤਿਆਰ ਕਰ ਰਿਹਾ, ਯਾਨੀ ਪਹਿਲਾਂ ਸਟੂਡੈਂਟ ਵੀਜ਼ਾ ਅਤੇ ਕੈਪਿੰਗ, ਉਸ ਤੋਂ ਬਾਅਦ ਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਵੱਡਾ ਡਿਸੀਜਨ, ਫਿਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ, ਪ੍ਰਾਈਵੇਟ ਕਾਲਜਸ ਨੂੰ ਲੈ ਕੇ, ਉਸ ਤੋਂ ਬਾਅਦ LMIA ਨੂੰ ਲੈ ਕੇ ਬਹੁਤ ਵੱਡੀ ਹਲਚਲ ਚੱਲ ਰਹੀ ਹੈ, ਅਤੇ ਹੁਣ ਅਸਾਈਲਮ ਵਾਲੇ ਕੇਸਿਸ ਦੇ ਉੱਤੇ ਵੀ ਕੈਨੇਡਾ ਦੀ ਨਜ਼ਰ ਪੈ ਗਈ ਹੈ। ਹੁਣ ਜਿਹੜੀ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਸ ਫੇਰੀ ਦੌਰਾਨ ਇਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਗਈਆਂ ਅਤੇ ਕਿੱਦਾਂ ਘੱਟ ਕੀਤਾ ਜਾ ਸਕੇ ਟੈਂਪਰੇਰੀ ਰੈਜ਼ੀਡੈਂਸ, ਇਸ ਨੂੰ ਲੈ ਕੇ ਵੀ ਚਰਚਾ ਹੋ। ਹੁਣ ਇਸ ਤੋਂ ਬਾਅਦ ਗੱਲ ਆਪਾਂ ਕਰ ਲੈਣੀ ਜਿਹੜੇ ਇੱਥੋਂ ਆਊਟਸਾਈਡ ਕੈਨੇਡਾ ਤੋਂ ਕੈਨੇਡਾ ਜਾ ਰਹੇ ਨੇ ਉਹਨਾਂ ਨੂੰ ਜ਼ਬਰਦਸਤੀ ਅਸਾਈਲਮ ਦਿੱਤਾ ਜਾ ਰਿਹਾ, ਇਹ ਕਿਹਾ ਜਾ ਰਿਹਾ। ਹੁਣ ਜਿਹੜੇ ਅੰਕੜੇ ਤੁਹਾਡੇ ਸਾਹਮਣੇ ਮੈਂ ਸਟੈਟਿਕਸ ਕੈਨੇਡਾ ਦੇ ਰੱਖੇ, ਉਹ ਰੱਖਣ ਦਾ ਮੇਰਾ ਮਕਸਦ ਇਹੀ ਸੀਗਾ ਕਿ ਆਪਾਂ ਸਮਝ ਸਕੀਏ ਕਿਊਬਿਕ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਨੇ, ਅਤੇ ਹੁਣ ਜਿਹੜੇ ਵੀ ਜਾ ਰਹੇ ਨੇ ਪ੍ਰੈਕਟੀਕਲ ਤੌਰ 'ਤੇ ਵੀ ਦੱਸ ਰਹੇ ਨੇ ਕਿ ਜੇਕਰ ਉਹ ਕਿਊਬਿਕ ਦੇ ਵਿੱਚ ਉਤਰ ਰਹੇ ਨੇ ਤਾਂ ਉਹਨਾਂ ਨੂੰ ਅਸਾਈਲਮ ਅਪਲਾਈ ਕਰਨਾ ਪੈ ਰਿਹਾ ਹੈ, ਜੇ ਨਹੀਂ ਕੋਈ ਕਰ ਰਿਹਾ ਉਹਨੂੰ ਜ਼ਬਰਦਸਤੀ ਕਰਵਾਇਆ ਜਾ ਰਿਹਾ, ਇੱਦਾਂ ਵੀ ਕਿਹਾ ਜਾ ਰਿਹਾ। ਹੁਣ ਇਹਦੇ ਨਾਲ ਹੀ ਆਪਾਂ ਜੋੜ ਕੇ ਦੇਖ ਲੈਂਦੇ ਹਾਂ ਕਿ ਓਨਟਾਰੀਓ, ਅਲਬਰਟਾ ਜਾਂ ਬ੍ਰਿਟਿਸ਼ ਕੋਲੰਬੀਆ
ਉਧਰਲੇ ਪਾਸੇ ਵੀ ਅਸਾਈਲਮ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ ਅਤੇ ਹੁਣ ਜੇਕਰ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੈਂਡ ਕਰਦੇ ਹੋ ਜਾਂ ਓਨਟਾਰੀਓ ਦੇ ਵਿੱਚ ਲੈਂਡ ਕਰਦੇ ਹੋ ਤਾਂ ਵੀ ਤੁਹਾਨੂੰ ਅਸਾਈਲਮ ਵਾਲੇ ਪਾਸੇ ਤੋਰਿਆ ਜਾ ਰਿਹਾ। ਸੋ ਕੈਨੇਡਾ ਕੀ ਹੁਣ ਅਸਾਈਲਮ ਨੂੰ ਲੈ ਕੇ ਇੱਕ ਪਾਸੇ ਸਟ੍ਰਿਕਟ ਵੀ ਹੁੰਦੇ ਜਾ ਰਹੇ ਨੇ ਕਿ ਅਸਾਈਲਮ ਨੂੰ ਲੈ ਕੇ ਉਹਨਾਂ ਦੀ ਵਿਚਾਰਧਾਰਾ ਦੋ ਤਰੀਕੇ ਦੀ ਹੋ ਕਿ ਜਿਹੜੇ ਤੁਸੀਂ ਪ੍ਰੂਫ ਦੇ ਰਹੇ ਹੋ ਕਿ ਤੁਹਾਨੂੰ ਆਪਣੀ ਕੰਟਰੀ ਤੋਂ ਇਨਸਿਕਿਉਰਿਟੀ ਹੈ ਕਿ ਉਹ ਜਿਹੜੇ ਪ੍ਰੂਫ ਨੇ ਉਹ ਵਾਕਈ ਜੈਨੂਅਨ ਨੇ ਅਤੇ ਵਾਕਈ ਹੈ ਇੱਦਾਂ ਜਾਂ ਨਹੀਂ ਹੈ। ਹਾਲਾਂਕਿ ਜਿਹੜੇ ਏਅਰਪੋਰਟ ਦੇ ਉੱਤੇ ਅਸਾਈਲਮ ਅਪਲਾਈ ਕਰ ਰਹੇ ਨੇ ਉਹਨਾਂ ਦੇ ਵਿੱਚ ਤਾਂ ਕਹਿ ਦਿੰਦਾ ਫੜ ਫੜ ਕੇ ਵੀ ਕਰ ਰਹੇ ਨੇ, ਪਰ ਜਦੋਂ ਸਟੂਡੈਂਟ ਵੀਜ਼ਾ ਦੇ ਕੇਸਿਸ ਦੇ ਵਿੱਚ ਖਰਚ ਸਕੇ ਤਾਂ ਗਰਾਊਂਡ ਜਿਹੜੀ ਬਣਾਈ ਜਾ ਰਹੀ ਹੈ ਰਿਫਿਊਜ਼ਲ ਦੀ ਉਹ ਇਸੇ ਤਰੀਕੇ ਦੀ ਬਣਾਈ ਜਾ ਰਹੀ ਕਿ ਤੁਸੀਂ ਤਾਂ ਆਪਣੀ ਕੰਟਰੀ ਵਿਜਿਟ ਕਰਕੇ ਆਏ ਹੋ, ਇੱਥੇ ਆਉਣ ਤੋਂ ਬਾਅਦ ਫਿਰ ਤੁਹਾਡੀ ਕੰਟਰੀ ਤੁਹਾਨੂੰ ਖਤਰਾ ਕਿੱਦਾਂ ਹੋ ਗਿਆ। ਸੋ ਇਹ ਹੁਣ ਬਹੁਤ ਕਹਿ ਸਕਦੇ ਕਿ ਜਿਹੜਾ ਕੈਨੇਡਾ ਦਾ ਇਮੀਗ੍ਰੇਸ਼ਨ ਹੈ ਉਸ ਨੂੰ ਦਰੁਸਤ ਕਰਨ ਵਾਸਤੇ ਤਾਂ ਜੋ ਇਹਦੇ ਵਿੱਚ ਬੇਨੀਮੀਆਂ ਸੀਗੀਆਂ, ਜੋ ਕਹਿ ਸਕਦੇ ਰੂਲਸ ਕੰਡੀਸ਼ਨ ਦੇ ਵਾਇਲੇਸ਼ਨ ਹੋ ਰਹੇ ਸੀਗੇ, ਹੁਣ ਸਭ ਨੂੰ ਦਰੁਸਤ ਕਰਨ ਦੇ ਵਿੱਚ ਕੈਨੇਡਾ ਲੱਗਾ ਹੋਇਆ ਹੈ। ਭਾਵੇਂ ਉਹ ਆਪਾਂ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਉਹਦਾ ਕਰਕੇ ਦੇਖ ਲਈਏ ਜਾਂ ਫਿਰ ਕੈਨੇਡਾ ਦੀ ਜਿਹੜੀ ਕਹਿ ਸਕਦੇ ਆ ਕਿ ਬਦਕੋਈ ਇੰਨੀ ਹੋ ਰਹੀ ਹੈ ਉਸ ਨੂੰ ਲੈ ਕੇ ਵੀ ਹੋ ਸਕਦਾ ਹੈ, ਜਾਂ ਆਪਣੇ ਐਜੂਕੇਸ਼ਨਲ ਸਿਸਟਮ ਨੂੰ ਹੋਰ ਉਹ ਕ੍ਰੈਡੀਬਲ ਬਣਾਉਣਾ ਚਾਹੁੰਦਾ ਜਾਂ ਹੋਰ ਵਧੀਆ ਦਰੁਸਤ ਕਰਨਾ ਚਾਹੁੰਦਾ ਹੈ, ਜਾਂ ਆਪਣੀ ਵਰਕ ਫੋਰਸ ਨੂੰ ਹੋਰ ਉਹ ਸ਼ਾਰਪ ਕਰਨਾ ਚਾਹੁੰਦਾ ਜਾਂ ਫਿਰ ਸਕਿੱਲਡ ਚੀਜ਼ਾਂ ਹੀ ਚਾਹੁੰਦਾ ਹੈ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਹੁਣ ਜਿਹੜੇ PR ਕੇਸਿਸ ਵਗੈਰਾ ਵੀ ਹੈ ਉਹ ਵੀ ਹੁਣ ਕੈਟੈਗਰੀ ਬੇਸਡ ਨਿਕਲ ਰਹੇ ਨੇ, ਉਹਨਾਂ ਨੂੰ ਵੀ ਕੈਟੇਗਰਾਈਜ਼ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਹੁਣ ਜਿਹੜੇ PR ਕੇਸਿਸ ਨੇ ਉਹ ਵੀ ਹੁਣ ਇਨ ਡਿਮਾਂਡ ਕੋਰਸਿਸ ਜਿਹੜੇ ਨੇ ਜਾਂ ਇਨ ਡਿਮਾਂਡ ਸੈਕਟਰ ਜਿਹੜੇ ਨੇ ਉਹਨਾਂ ਦੇ ਵਿੱਚ ਹੀ PR ਜਿਹੜੀ ਹੈ ਉਹ ਸੌਖੀ ਹੋ ਗਈ ਹੈ। ਦੂਜੇ ਜਰਨਲ ਕੇਸਿਸ ਦੇ ਵਿੱਚ PR ਵੀ ਬਹੁਤ ਔਖੀ ਹੁੰਦੀ ਜਾ ਰਹੀ ਹੈ। ਇੱਥੋਂ ਤੱਕ ਕਿ ਪਿੱਛੇ ਮੈਂ ਇੱਕ ਵੀਡੀਓ ਬਣਾਇਆ ਸੀਗਾ ਕਿ LMIA ਜਿਨ੍ਹਾਂ ਨੇ ਐਸੈਂਸ਼ੀਅਲ ਸਰਵਿਸ ਦੇ ਵਿੱਚ ਲਈ ਹੋਈ ਹੈ ਉਹਨਾਂ ਨੂੰ ਵੀ ਪ੍ਰਾਇਓਰਟਾਈਜ਼ ਕਰ ਦਿੱਤਾ ਗਿਆ ਅਤੇ ਦੂਜਿਆਂ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ, ਜਾਂ ਕਹਿ ਸਕਦਾ ਕਿ ਉਹਨਾਂ ਨੂੰ ਹਾਲੇ ਵੀ ਵੇਟ ਕਰਨਾ ਪੈ ਸਕਦਾ ਹੈ। ਸੋ ਇਹ ਸਾਰੇ ਵੱਡੇ ਚੇਂਜਸ ਜਿਹੜੇ ਆ ਆਉਣ ਵਾਲੇ ਸਮੇਂ ਦੇ ਕੈਨੇਡਾ ਦੇ ਭਵਿੱਖ ਦੇ ਵਿੱਚ ਇਮੀਗ੍ਰੇਸ਼ਨ ਦੇ ਪ੍ਰੋਸੈਸ ਨੂੰ ਸਮਝਾਉਂਦੇ ਨੇ। ਉਮੀਦ ਕਰਦਾ ਕਿ ਅੱਜ ਦੇ ਵਲੌਗ ਤੋਂ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆ ਹੋਵੇਗਾ। ਮੈਂ ਇਸ 'ਤੇ ਅੱਧੇ ਘੰਟੇ ਦੀ ਵੀਡੀਓ ਬਣਾਉਣਾ ਚਾਹੁੰਦਾ ਸੀ, ਓਨੈਸਟਲੀ ਸਮਝੋ ਇਸ ਗੱਲ ਨੂੰ, ਪਰ ਕਿਉਂਕਿ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਫਿਰ ਤੁਸੀਂ ਵੀ ਬੋਰ ਹੋਣ ਲੱਗ ਪੈਂਦੇ ਹੋ, ਲੋਕ ਦੇਖਦੇ ਘੱਟ ਹੈ, ਫਿਰ ਇਸ ਕਰਕੇ ਮੈਂ ਸ਼ੋਰਟ ਦੇ ਵਿੱਚ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਕਿਸੇ ਦਾ ਕੁਸ਼ਚਨ ਹੈ ਵਟਸਐਪ ਦਾ ਨੰਬਰ ਦਿੱਤਾ ਹੋਇਆ, ਅਪੁਆਇੰਟਮੈਂਟ ਲੈ ਲਿਓ, ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ, ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕਰਾਂ। ਚੈਨਲ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ, ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਤੁਹਾਡੇ ਤੱਕ ਸਹੀ ਐਥੈਂਟਿਕ ਅਤੇ ਰਿਐਲਿਟੀ ਪਹੁੰਚਾਉਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਹੁੰਦਾ। ਕੇਸ ਤੁਹਾਡੇ ਸੋਪੀ ਚੱਲ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।